ਇੱਕ ਮਿੰਟ ਯਾਰ ਤੂੰ ਹੀ ਜਨਾ ਆ ਹੋਈ ਅੱਜ ਕਮਾਲ ਹੈ ਉਹ ਤਾਂ ਗੱਲ ਬਣੀ ਅੱਜ ਹੋਈ ਆ ਕਮਾਲ ਅੱਜ ਅੱਜ ਗੱਲ ਬਣੀ ਇਹਨੂੰ ਬੱਚਾ ਨਹੀਂ ਸਮਝਣਾ ਇਹਨ ਹੋਣਾ ਹੀ ਐਡਾ ਆ ਬੈਂਗਣੀਆਂ ਕਵਾਂਗੇ ਨਾ ਹਾਂ ਅਸੀਂ ਕੋਹਲ ਵੀ ਕਹਿੰਦੇ ਤੁਸੀਂ ਕਾ ਚੀਕੂ ਵੀ ਕਹਿੰਦੇ ਇਹਨੂੰ ਅੱਛਾ ਚੀਕੂ ਜਿਹੜਾ ਪ੍ਰੇਮ ਆ ਉਹਦੇ 'ਚ ਕੋਈ ਗਰਜ ਨਹੀਂ ਹੁੰਦੀ ਸੱਕ ਸੌਕਣਾ ਹੁੰਦੀਆਂ ਕਿੱਕਰਾਂ ਦੇ ਮੋਈਆਂ ਖੱਲਾਂ ਵੀ ਰੰਗ ਲੈਂਦੀਆਂ ਨੇ ਸੌਕਣ ਹੁਣ ਤੁਸੀਂ ਆਪਣੇ ਬਜ਼ੁਰਗਾਂ ਨੂੰ ਪੁੱਛ ਸਕਦੇ ਆ ਕੀ ਹੁੰਦੀ ਆ ਉਹਨਾਂ ਨੇ ਤੁਹਾਨੂੰ ਆਪੇ ਹੀ ਸਮਝਾ ਦੇਣਾ ਦੇਸੀ ਭਾਸ਼ਾ 'ਚ ਘੁੰਮ ਲਿਓ ਦੁਨੀਆ ਦਾ ਹਰ ਭਾਵੇਂ ਸੋਹਣਾ ਸ਼ਹਿਰ ਪਰ ਪਿੰਡ ਵਾਲਾ ਉਹ ਚਬਾਰਾ ਯਾਦ ਰੱਖਿਓ ਨਿਆਣੇ ਤਾਂ ਹੀ ਇੱਕ ਦੂਜੇ ਦੇ ਮਿੱਤਰ ਝੱਟ ਬਣ ਜਾਂਦੇ ਆ ਕਿਉਂਕਿ ਉਹਦੇ 'ਚ ਕੋਈ ਗਰਜ ਨਹੀਂ ਹੈਗੀ ਉਹਦੇ 'ਚ ਕੋਈ ਸਵਾਰਥ ਨਹੀਂ ਹੈਗਾ ਚੱਲ ਕੇ ਮਗਰਲੇ ਪਾਸੇ ਵੇਖੋ ਕਿੰਨੇ ਲਾਏ ਆ ਜਿੰਨੀਆਂ ਡੇਕਾਂ ਲੱਗੀਆਂ ਮੈਂ ਪਾਸਿਓਂ ਲਿਆ ਹਾਂ ਕੋਈ ਨੀ ਤੁਸੀਂ ਕਰੀ ਜਾਓ ਕੰਮ ਆਪਾਂ ਪਿੱਛੇ ਹੀ ਕਰਨਾ ਸਰਦਾਰ ਲਾਭ ਸਿੰਘ ਹੋਰੀ ਇਹ ਨਿੰਮ ਦਾ ਦਰਖਤ ਲਾਇਆ ਆ ਤੇ ਜਿਹੜਾ ਬੰਦਾ ਥੋੜਾ ਕੌੜਾ ਹੋਵੇ ਤੇ ਉਹਨੂੰ ਕੋਈ ਹੋਰ ਨਾਲ ਕੌੜਾ ਟੱਕਰ ਜਾਵੇ ਤੇ ਉਹਨੂੰ ਹੋਰ ਖਰਾਬ ਕਰ ਦੇਵੇ ਫੇਰ ਕਹਿ ਦਿੰਦੇ ਆ ਇੱਕ ਤਾਂ ਸੀਗਾ ਕਰੇਲਾ ਦੂਜਾ ਨਿੰਮ ਤੇ ਚੜ ਗਿਆ ਕਿਉਂਕਿ ਕਰੇਲਾ ਵੀ ਕੌੜਾ ਆ ਤੇ ਨਿੰਮ ਵੀ ਕੌੜੀ ਆ ਸੋ ਜਿਸ ਵੇਲੇ ਤੁਸੀਂ ਮਾੜੇ ਬੰਦੇ ਦੇ ਨਾਲ ਦੋਸਤੀ ਕਰਨੀ ਆ ਤੇ ਤੁਸੀਂ ਹੋਰ ਮਾੜੇ ਬਣ ਜਾਣਾ ਰਹਿਮਨ ਨੋਸ਼ੇ ਨਰਨ ਤੇ ਤਜੋ ਵੈਰ ਔਰ ਪ੍ਰੀਤ ਕਾਟੇ ਚਾਟੇ ਸਵਾਨ ਕੇ ਦੋਹੀ ਬੰਤੀ ਵਿਪਰੀਤ ਕੁੱਤੇ ਦਾ ਕੱਟਿਆ ਵੀ ਮਾੜਾ ਤੇ ਚੱਟਿਆ ਵੀ ਮਾੜਾ ਆ ਵੀ ਤੁਸੀਂ ਲਾਇਆ ਸੀ ਹਾਂ ਹਾਂ ਇੱਕ ਆਹ ਜਿਹੜਾ ਖੜਾ ਇਹਨੂੰ ਨਾ ਤੁਸੀਂ ਜਿੱਦਾਂ ਦਾ ਮਰਜ਼ੀ ਬਣਾ ਲਓ ਜੇ ਕੱਟਣ ਦਾ ਪਾਉਣਾ ਛਤਰੀ ਬਣ ਜਾਂਦੀ ਆ ਹਾਂਜੀ ਆ ਬੇਰ ਮਲੇ ਆ ਜਿਹੜੇ ਮਲੇ ਆ ਨਾ ਇਹਨਾਂ ਨੂੰ ਜੇ ਤੁਸੀਂ ਸਾਰਾ ਦਿਨ ਵੀ ਖਾਈ ਜਾਓ ਤਾਂ ਬੰਦਾ ਰੱਜਦਾ ਨਹੀਂ ਹੈ ਤੇ ਇਹਨਾਂ ਦੀ ਕੋਈ ਰਾਖੀ ਵੀ ਨਹੀਂ ਕਰਦਾ ਕਿੱਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰਾਖੀ ਵੇ ਕਿੱਕਰਾਂ ਦੇ ਫੁੱਲ ਜਿਹੜੇ ਉਹਨਾਂ ਨੂੰ ਬਬੂਲ ਵੀ ਕਹਿੰਦੇ ਆ ਬਾਕੀ ਬਾਤੇ ਬਬੂਲ ਹੋ ਜੈਸੇ ਤੇਰੀ ਬਾਤੇ ਤੋਂ ਫੂਲ ਹੋ ਜੈਸੇ ਕਦ ਕੋਈ ਮਾਲੀ ਮਲਿਆ ਉਤੋਂ ਤਿਲੀਆ ਰਾਣ ਉਡਾਵੇ ਵੇ ਇਹਨੂੰ ਪੰਛੀ ਖਾਂਦੇ ਆ ਕੇ ਪਰ ਇਹ ਸਵਾਦ ਬਹੁਤ ਹੁੰਦੇ ਆ ਮੈਂ ਬਚਪਨ 'ਚ ਮਲਿਆ ਤੋਂ ਬੇਰ ਬਹੁਤ ਖਾਂਦਾ ਸੀ ਆਹ ਦੇਖੋ ਉਹ ਜੇਜੋ ਵਾਲੇ ਬਲੌਗ 'ਚ ਵੀ ਤੁਸੀਂ ਵੇਖਿਆ ਇਹ ਡੇਕਾ ਉਹਨਾਂ ਨੇ ਜੀ ਆਪਾਂ ਨੂੰ ਕਿਹਾ ਨਹੀਂ ਸੀ ਹਾਂ ਇਹ ਆਪਾਂ ਆਪਦੇ ਹੀ ਬਈ ਇੱਥੇ ਖਾਂਦੇ ਹਾਂ ਇਹਨਾਂ ਤੋਂ ਬਈ ਨਾ ਦਰਖਤ ਦਾ ਫੁੱਲ ਹੁੰਦੇ ਕਹਿੰਦੇ ਵੀ ਦਰਖਤ ਲਾਓ ਤੇ ਮੈਂ ਪਾਸਿਓਂ ਲਿਆ ਲਿਆ ਕੇ ਪੜ੍ਹ ਪੜ੍ਹ ਕੇ ਤੇ ਪਾਸਿਓਂ ਲਿਆ ਲਿਆ ਕੇ ਲਾਈਆਂ ਬੈਂਗਣੀ ਲੱਗੀ ਉਹ ਵੇਖੋ ਤੇ ਤਿੰਨ ਤਰ੍ਹਾਂ ਦੀ ਆ ਇਹ ਲੰਮੀ ਵੀ ਆ ਭੜਥੇ ਵਾਲੀ ਵੀ ਆ ਗੋਲ ਚੀਕੂ ਵੀ ਆ ਆਓ ਦੇਖਦੇ ਆ ਇੱਧਰ ਦੀ ਆਓ ਆ ਸਬਜ਼ੀਆਂ ਸਾਰੀਆਂ ਲੱਗੀਆਂ ਆ ਉੱਤੋਂ ਸਾਡੇ ਪਾਸੇ ਆ ਸਾਰੀਆਂ ਸਬਜ਼ੀਆਂ ਆ ਆ ਪਾਲਕ ਮੇਥੀ ਧਨੀਆ ਆ ਦੇਖੋ ਜੀ ਆਹ ਸਭ ਦੇਖੋ ਦੇਖੋ ਘੁੰਮ ਲਿਓ ਦੁਨੀਆ ਦਾ ਹਰ ਭਾਵੇਂ ਸੋਹਣਾ ਸ਼ਹਿਰ ਪਰ ਪਿੰਡ ਵਾਲਾ ਉਹ ਚਬਾਰਾ ਯਾਦ ਰੱਖਿਓ ਜਿਹੜਾ ਸਾਡਾ ਦੇਸੀ ਪਾਣਿਆ ਇਹਦੇ 'ਚ ਪੰਜਾਬੀਅਤ ਲੁਕੀ ਹੋਆ ਆਹ ਬੈਂਗਣ ਆ ਦੇਸੀ ਭਾਸ਼ਾ 'ਚ ਅਸੀਂ ਕਹਿੰਦੇ ਹਾਂ ਬਤਾਊ ਹਾਂਜੀ 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 ਇੰਗਲੈਂਡ 'ਚ ਕਹਿੰਦੇ ਐਗ ਪਲੈਂਟ ਆਹ ਦੇਖੋ ਜਾਮਣੀ ਰੰਗ ਇਹਦਾ ਹੁੰਦਾ ਅਸਲੀ ਜਾਮਣੀ ਰੰਗ ਆ ਆ ਤੇ ਜਾਮਣ ਦਾ ਵੀ ਰੰਗ ਇਹੀ ਹੁੰਦਾ ਤਾਂ ਕਰਕੇ ਇਹਨੂੰ ਜਾਮਣੀ ਰੰਗ ਕਹਿ ਦਿੰਦੇ ਹਲੇ ਇਹ ਠੰਡ ਕਰਕੇ ਝੜ ਗਏ ਪੱਤੇ ਦੁਬਾਰਾ ਆ ਜਾਣੇ ਆ ਦੇਖੋ ਮਿਰਚਾਂ ਪਟਾਈ ਹੁੰਦੀ ਆ ਮੂੰਹ ਦੇ ਵਿੱਚ ਰੱਖੇ ਮਿਸ਼ਰੀ ਗੱਲਾਂ ਫਿਰ ਵੀ ਕੌੜੀਆਂ ਕਰਦੀ ਅੱਕ ਪਹਾੜੀ ਜਾ ਕੇ ਵੀ ਨਹੀਂ ਹੁੰਦੇ ਮਿੱਠੇ ਭੈੜੇ ਕੰਮਾਂ ਦੇ ਨਿਕਲਦੇ ਨੇ ਭੈੜੇ ਸਿੱਟੇ ਇਹ ਅੱਕ ਚਾਹੇ 100 ਕਿਲੋਮੀਟਰ ਤੇ ਲੈ ਜਾਓ ਇਹਨੇ ਮਿੱਠਾ ਥੋੜਾ ਹੋ ਜਾਣਾ ਤੇ ਇਹ ਔਰ ਜਿਹੜਾ ਐਗ ਪਲੈਂਟ ਆ ਟਮਾਟਰ ਵੀ ਇਹਦੀ ਫੈਮਿਲੀ ਚੋਂ ਹੀ ਆ ਆਲੂ ਵੀ ਇਹਦੀ ਫੈਮਿਲੀ ਚੋਂ ਹੀ ਆ ਸ਼ਿਮਲਾ ਮਿਰਚ ਵੀ ਇਹਦੀ ਫੈਮਿਲੀ ਚੋਂ ਹੀ ਆ ਇਹਨਾਂ ਨੂੰ ਨਾਈਟ ਸ਼ੇਡ ਫੈਮਿਲੀ ਕਹਿੰਦੇ ਮਿਰਚ ਵੀ ਇਸੇ ਫੈਮਿਲੀ ਚੋਂ ਉਹ ਗੋਲ ਬਖਾਈਏ ਨਿੱਕਾ ਉਹ ਦੇਖਦੇ ਆ ਗੋਲ ਉਹ ਉਹੀ ਭਰ ਕੇ ਬਣਾਈ ਦੇ ਉਹ ਮੈਨੂੰ ਬਹੁਤ ਸਵਾਦ ਲੱਗਦੇ ਆ ਫਰਕ ਆ ਇਹਨਾਂ ਦੋਨਾਂ ਦਾ ਵੇਖੋ ਇਹ ਇਹਨੂੰ ਬੱਚਾ ਨਹੀਂ ਸਮਝਣਾ ਇਹਦਾ ਇਹਨ ਹੋਣਾ ਹੀ ਐਡਾ ਆ ਬੈਂਗਣੀਆਂ ਜਿਹਨਾਂ ਨੂੰ ਕਹਿ ਦਿੰਦੇ ਆ ਬੈਂਗਣੀਆਂ ਕਵਾਂਗੇ ਅਸੀਂ ਕੋਹਲ ਵੀ ਕਹਿ ਦਿੰਦੇ ਚੀਕੂ ਵੀ ਕਹਿ ਦਿੰਦੇ ਅੱਛਾ ਚੀਕੂ ਚੀਕੂ ਕਿਉਂਕਿ ਚੀਕੂ ਵੀ ਐਡਾ ਕੀ ਹੁੰਦਾ ਤੇ ਇਹਨੂੰ ਕੱਟ ਕੇ ਚੀਰਾ ਦੇ ਕੇ ਇਹਦੇ ਵਿੱਚ ਮਸਾਲਾ ਭਰ ਕੇ ਬਣਾਉਂਦੇ ਆ ਕਿੰਨੇ ਸੋਹਣੇ ਫੁੱਲ ਆ ਇਹ ਫੁੱਲ ਗੁਲਾਬ ਤੋਂ ਘੱਟ ਥੋੜੋ ਆ
ਆ ਦੇਖੋ ਇਧਰ ਕਿੰਨੇ ਲਾਭ ਸਿੰਘ ਜੀ ਆ ਦੇਖੋ ਖਜ਼ਾਨਾ ਹੀ ਹੈ ਇਧਰ ਬਹੁਤ ਆ ਜੀ ਇਹਦਾ ਜੇ ਇੱਥੋਂ ਨੇੜੇ ਤੋੜ ਕੇ ਲੈ ਜਾਂਦੇ ਜਿਹੜਾ ਪ੍ਰੇਮ ਆ ਉਹਦੇ ਚ ਕੋਈ ਗਰਜ ਨਹੀਂ ਹੁੰਦੀ ਯਾਰ ਤੁਸੀਂ ਕਿਸੇ ਨੂੰ ਕੋਈ ਮਤਲਬ ਰੱਖ ਕੇ ਮਿਲਦੇ ਆ ਪ੍ਰੇਮ ਬਣਨਾ ਹੀ ਨਹੀਂ ਇਹ ਜਿਹੜਾ ਪ੍ਰੇਮ ਆ ਇਹਦੇ ਚ ਤਾਕਤ ਬਹੁਤ ਆ ਜਦੋਂ ਤੁਸੀਂ ਕਿਸੇ ਨੂੰ ਕੋਈ ਗਰਜ ਰੱਖ ਕੇ ਮਿਲਦੇ ਆ ਸੈਲਫਿਸ਼ਨੈਸ ਰੱਖ ਕੇ ਮਿਲਦੇ ਆ ਤਾਂ ਉਹਦੇ ਚ ਪ੍ਰੇਮ ਕਿੱਥੇ ਪੈਣਾ ਨਿਆਣੇ ਤਾਂ ਹੀ ਇੱਕ ਦੂਜੇ ਦੇ ਮਿੱਤਰ ਝੱਟ ਬਣ ਜਾਂਦੇ ਆ ਕਿਉਂਕਿ ਉਹਦੇ ਚ ਕੋਈ ਗਰਜ ਨਹੀਂ ਹੈਗੀ ਉਹਦੇ ਚ ਕੋਈ ਸਵਾਰਥ ਨਹੀਂ ਹੈਗਾ ਇੱਕ ਦੂਜੇ ਨੂੰ ਗਰਜ਼ਾਂ ਰੱਖ ਕੇ ਮਿਲਦੇ ਨੇ ਯਾਰਾਂ ਦੇ ਨਾਲ ਯਾਰ ਬਦਲਦੇ ਵੇਖੇ ਨੇ ਆਹ ਦੇਖੋ ਆਹ ਪਿੱਛੇ ਦਿਸਦੀਆਂ ਡੇਕਾਂ ਲੱਗੀਆਂ ਆ ਇਹ ਇਹਨਾਂ ਨੇ ਆਪਣੇ ਸ਼ੌਕ ਨਾਲ ਲਾਈਆਂ ਇੱਧਰ ਪਿੱਛੇ ਵੀ ਇੱਥੇ ਤਾਂ ਤੁਸੀਂ ਆ ਕੇ ਬਿਸ਼ਾ ਕੇ ਮੈਡੀਟੇਸ਼ਨ ਕਰੋ ਇੱਥੇ ਧਿਆਨ ਲਾਵੇ ਬੰਦਾ ਉੱਦਾਂ ਹੀ ਆ ਕੇ ਬੈਠੇ ਤਾਂ ਕਿੰਨੀ ਵਧੀਆ ਆ ਗੱਲ ਉਹ ਭੱਠਾ ਵੀ ਤੁਹਾਡੇ ਨੇੜੇ ਹਾਂ ਜੀ ਇਹ ਭੱਠਾ ਆਪਣੇ ਪਿੰਡ 'ਚ ਆਪਣੇ ਪਿੰਡ ਦੀ ਪੈਲੀ ਆ ਅੱਛਾ ਤੁਹਾਡੇ ਪਿੰਡ 'ਚ ਹੀ ਪੈਂਦਾ ਪਿੰਡ ਦੀ ਪੈਲੀ ਆ ਪਿੰਡ ਦੀ ਆਪਣੀ ਇੱਥੋਂ ਹੱਦ ਬਹੁਤ ਦੂਰ ਅੱਗੇ ਅੱਗੇ ਆ ਪਿੰਡ ਦਾ ਨਾਮ ਕੀ ਆ ਫਤਿਹਗੜ੍ਹ ਕੋਰੋਟਲ ਇਹ ਵੀ ਜਿਹੜਾ ਆਪਣਾ ਪੈਲਸ ਹੈ ਇਹ ਵੀ ਫਤਿਹਗੜ੍ਹ ਕੋਰੋਟਲ ਆ ਪੈਲੀ 'ਚ ਪਿੰਡ 'ਚ ਉਹਦੇ 'ਚ ਹੀ ਪੈਂਦਾ ਹਾਂ ਜੀ ਜਿਹੜਾ ਪੈਲਸ ਆ ਜਿੱਥੇ ਆਪਾਂ ਅੱਜ ਆਏ ਬੋਲਣਾ ਗਾਉਣਾ ਤੁਸੀਂ ਅੱਜ ਮੈਂ ਉੱਥੇ ਗਾਣਾ ਫਿਰ ਉਹ ਇੱਥੇ ਉਦਣ ਗਾ ਕੇ ਗਿਆ ਸੀ ਉੱਥੇ ਹੀ ਗਿਆ ਕੇ ਗਿਆ ਆ ਤਾਂ ਅੱਜ ਤਾਂ ਕਮਾਲੇ ਹੀ ਹੋ ਗਈ ਮੈਨੂੰ ਇਹ ਨਹੀਂ ਸਮਝ ਆਈ ਵੀ ਜਿਸ ਵੇਲੇ ਮੈਂ ਆ ਕੇ ਖੜਾ ਹੋਇਆ ਦੋ ਮੁੰਡੇ ਫੋਟੋ ਕਰਾਉਣ ਨੂੰ ਆ ਗਏ ਉਹ ਮੈਂ ਉੱਪਰ ਦੀ ਝੁੰਮ ਮਾਰੇ ਆਇਆ ਸੀ ਉਹਨਾਂ ਨੇ ਕਿਸੇ ਤਰ੍ਹਾਂ ਪਛਾਣ ਲਿਆ ਹੋਊਗਾ ਬਾਰਾਂ ਤੋਂ ਜਾ ਕੇ ਮੁੰਡੇ ਨੇ ਵੀ ਦੋ ਤਿੰਨ ਮੇਰੇ ਨੇ ਵੀ ਪਛਾਣ ਲਿਆ ਅੱਛਾ ਅੱਛਾ ਇਹ ਮੇਰਾ ਦੋਦਾ ਮੇਰੀ ਕੁੜੀ ਦਾ ਮੁੰਡਾ ਜਦ ਪ੍ਰੇਮ ਹੁੰਦਾ ਤਾਂ ਪਛਾਣੇ ਹੋ ਜਾਂਦਾ ਹਾਂਜੀ ਤੇ ਉਹ ਉਹਨਾਂ ਨੇ ਫੋਟੋ ਖਿੱਚੀ ਹਲੇ ਫੋਟੋ ਹਲੇ ਕਰਦੇ ਸੀ ਜਦ ਤੁਸੀਂ ਆ ਗਏ ਤੇ ਪਿਆਰੇ ਸੀਗੇ ਮੁੰਡੇ ਉਹ ਵੀ ਆ ਜਾਓ ਬਈ ਹੌਲੀ ਇੱਕ ਮਿੰਟ ਯਾਰ ਤੂੰ ਹੀ ਚਲਾ ਕਮਾਲ ਹੋ ਗਈ ਅੱਜ ਆ ਹੋਈ ਅੱਜ ਕਮਾਲ ਅੱਜ ਹੋਈ ਆ ਕਮਾਲ ਅੱਜ ਕੰਡੇ ਬਹੁਤ ਹੀ ਧਿਆਨ ਨਾਲ ਕਿੱਕਰਾਂ ਚ ਹੋਰ ਕੀ ਲੱਭਣਾ ਹੁਣ ਨਵੀਆਂ ਕਿੱਕਰਾਂ ਨੂੰ ਕੰਡੇ ਹੀ ਹੈ ਨੀ ਹਨਾ ਹਾਂਜੀ ਬੰਦਿਆਂ ਨੂੰ ਬਥੇਰੇ ਆ ਤੇ ਤੁਸੀਂ ਦੱਸੋ ਵੀ ਕਿੱਕਰ ਦਾ ਜਿਹੜਾ ਬਾਰਕ ਆ ਕਿੱਕਰ ਦੀ ਛੇਲਿਆ ਕਿਹੜੇ ਕੰਮ ਆਉਂਦੀ ਆ ਤੂੰ ਤਬਲਾ ਵਜਾਉਣਾ ਤੈਨੂੰ ਪਤਾ ਹੋਣਾ ਚਾਹੀਦਾ ਦੇਖ ਲਓ ਜਿਹੜੀ ਕਿੱਕਰ ਦੀ ਛੇਲਿਆ ਇਹ ਚਮੜਾ ਰੰਗਣ ਦੇ ਕੰਮ ਆਉਂਦੀ ਆ ਕਿੱਕਰ ਦੀ ਛਿੱਲ ਇਹ ਮਰਿਓ ਪਸ਼ੂ ਦੀ ਇਹਦੇ ਨਾਲ ਖੱਲ ਰੰਗਦੇ ਆ ਸੱਕ ਸੌਕਣਾ ਹੁੰਦੀਆਂ ਸੱਕ ਕਹਿੰਦੇ ਆ ਇਹਨੂੰ ਇੰਗਲਿਸ਼ ਦੇ ਵਿੱਚ ਇਟਸ ਕਾਲਡ ਬਾਰਕ ਆਫ ਅ ਟ੍ਰੀ ਪੰਜਾਬੀ ਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਸੱਕ ਸੱਕ ਸੌਕਣਾ ਹੁੰਦੀਆਂ ਕਿੱਕਰਾਂ ਦੇ ਮੋਈਆਂ ਖੱਲਾਂ ਵੀ ਰੰਗ ਲੈਂਦੀਆਂ ਨੇ ਕਹਿੰਦੀਆਂ ਜਿਹੜੀਆਂ ਸੌਕਣ ਹੁੰਦੀ ਨਾ ਸੌਕਣ ਹੁਣ ਤੁਸੀਂ ਆਪਣੇ ਬਜ਼ੁਰਗਾਂ ਨੂੰ ਪੁੱਛ ਸਕਦੇ ਹਾਂ ਕੀ ਹੁੰਦੀ ਆ ਉਹਨਾਂ ਨੇ ਤੁਹਾਨੂੰ ਆਪੇ ਹੀ ਸਮਝਾ ਦੇਣਾ ਦੇਸੀ ਭਾਸ਼ਾ 'ਚ ਕਿ ਇਹ ਤਾਂ ਮਰਿਆਂ ਦੀ ਖੱਲ ਵੀ ਰੰਗ ਦਿੰਦੀਆਂ ਆ ਸੌਕਣਾ ਇੱਦਾਂ ਹੀ ਕਿੱਕਰਾਂ ਆ ਕਿਉਂਕਿ ਪਹਿਲਾਂ ਕੋਈ ਹੋਰ ਡਾਏ ਤਾਂ ਇੰਨੇ ਹੁੰਦੇ ਨਹੀਂ ਸੀਗੇ ਕਿ ਰੰਗ ਸੀਗੇ ਜਿਹਨਾਂ ਨਾਲ ਖੱਲ ਰੰਗਣੀ ਆ ਅਤੇ ਜਿਹੜੀਆਂ ਸੋਹਣੇ ਚਮੜੇ ਬਣਾਉਂਦੇ ਸੀ ਉਹ ਕਿੱਕਰ ਦੀ ਛਿੱਲ ਦੇ ਨਾਲ ਇਹਨੂੰ ਭਿਉਂ ਕੇ ਫਿਰ ਉਸ ਪਾਣੀ ਦੇ ਵਿੱਚ ਖੱਲ ਨੂੰ ਡਬਾਉਣਾ ਅਤੇ ਇਹ ਕਿੱਕਰ ਛਾਂਗ ਰਹੇ ਆ ਜਦ ਜੀ ਕੀਤਾ ਛਾਵੇਂ ਬਹਿ ਗਏ ਜਦ ਜੀ ਕੀਤਾ ਛਾਂਗ ਕੇ ਲੈ ਗਏ ਉਸ ਰੁੱਖ ਨੂੰ ਵੱਢ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਏ ਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਏ ਇਹਨੂੰ ਛਾਂਗਣਾ ਕਹਿੰਦੇ ਆ ਛਾਂਗ ਰਹੇ ਆ ਕਿੱਕਰਾਂ ਨੂੰ ਜਿਹੜਾ ਵਾਧੂ ਇਹਨਾਂ ਦੇ ਉੱਪਰ ਬ੍ਰਾਂਚਿਸ ਆ ਇਹਨਾਂ ਦੀਆਂ ਟਾਹਣੀਆਂ ਆ ਕਿ ਇੰਨੀਆਂ ਜ਼ਿਆਦਾ ਕੀ ਕਰਨੀਆਂ ਉਹਨਾਂ ਨੂੰ ਛਾਂਗ ਦੇਣਾ ਉਹ ਬਾਲਣ ਬਣ ਜਾਣਾ ਉਹਨਾਂ ਨੂੰ ਲਾ ਦੇਣਾ ਪ੍ਰੂਨਿੰਗ ਇਟਸ ਕਾਲਡ ਇਨ ਇੰਗਲਿਸ਼ ਇਹ ਪ੍ਰੂਨਿੰਗ ਹੋ ਰਹੀ ਆ ਇਹਨਾਂ ਦੀ ਅੱਜ ਫਿਰ ਉਹੀ ਗੱਲ ਹੋਈ ਆ ਇਹਨਾਂ ਨਾਲ ਲਾਭ ਸਿੰਘ ਹੋਰਾਂ ਨਾਲ ਗੱਲਾਂ ਕੀਤੀਆਂ ਸੀ ਪਹਿਲਾਂ ਇਹਨਾਂ ਦੇ ਕੋਲੇ ਚਾਹ ਪੀਤੀ ਇਹਨਾਂ ਦੇ ਕੋਲੇ ਹੀ ਤਿਆਰ ਹੋਇਆ ਇੱਥੇ ਬਹਿ ਕੇ ਹੀ ਤਿਆਰ ਮੈਂ ਗਿਆ ਹੀ ਨਹੀਂ ਹਾਲ 'ਚ ਅੱਜ ਹੁਣ ਮੈਂ ਚੱਲਿਆ ਠੀਕ ਆ ਜੀ ਹੁਣ ਲਾਓ ਤੁਸੀਂ ਅਸੀਂ ਹੁਣ ਹਾਲ ਨੂੰ ਜਾਂਦੇ ਪਏ ਆ ਤੇ ਉਧਰ ਮੇਰਾ ਨਾਮ ਅਨਾਊਂਸ ਹੋ ਚੁੱਕਾ ਤੇ ਮੈਂ ਹਾਲ 'ਚ ਅੱਜ ਚੱਲਿਆ ਨਹੀਂ ਤਾਂ ਮੈਂ ਹਾਲ ਦੇ ਵਿੱਚ ਤਿਆਰ ਹੁੰਦਾ ਹੁੰਦਾ ਪਰ ਅੱਜ ਮੇਰੇ ਮਿੱਤਰਾਂ ਕਰਕੇ ਮੈਂ ਅੱਜ ਬਾਹਰ ਹੀ ਤਿਆਰ ਹੋਇਆ ਤੇ ਹੁਣ ਮੈਂ ਹਾਲ ਨੂੰ ਜਾ ਰਿਹਾ।
ਹੁਣ ਸ਼ੋਅ ਖਤਮ ਕੀਤਾ ਉਦੋਂ ਦੇ ਲੱਗੇ ਹੋਆਂ ਸੀ ਗਾਣ ਛੇਤੀ ਸ਼ੁਰੂ ਹੋ ਗਿਆ ਸੀ ਅੱਜ ਸ਼ੋਅ ਅਤੇ ਤੁਸੀਂ ਬਾਬਿਆਂ ਦੇ ਨਾਲ ਦੇਸੀ ਗੱਲਾਂ ਵੀ ਸੁਣ ਲਈਆਂ ਮੇਰੇ ਵਲੌਗ 'ਚ ਅਤੇ ਹੁਣ ਮੈਂ ਸਟੇਜ ਤੋਂ ਉਤਰਿਆ ਅਤੇ ਹੁਣ ਮੈਂ ਕੱਪੜੇ ਚੇਂਜ ਹੁਣ ਕਰਨੇ ਆ ਅਤੇ ਹੁਣ ਮੈਂ ਘਰ ਜਾ ਰਿਹਾ ਕਿਉਂਕਿ ਮੇਰਾ ਵੀ ਇੰਤਜ਼ਾਰ ਹੋ ਰਿਹਾ ਘਰ ਆਪਾਂ ਤਾਂ ਹੀ ਘਰ ਜਾਂਦੇ ਜਦੋਂ ਕੋਈ ਤੁਹਾਡਾ ਇੰਤਜ਼ਾਰ ਕਰਦਾ ਜਿੱਥੇ ਜਿੱਥੇ ਵੀ ਤੁਸੀਂ ਪ੍ਰਦੇਸ਼ਾਂ 'ਚ ਵੱਸਦੇ ਆ ਪੰਜਾਬੀ ਜ਼ਬਾਨ ਤੁਹਾਡੇ ਦਿਲਾਂ 'ਚ ਵੱਸੇ ਜਾਂਦੇ ਵੱਸਦੇ ਆ।